ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੇਤਾਵਨੀ ਦਿੱਤੀ ਗਈ ਸੀ ਕਿ ਮੇਰੀਆਂ ਚਿੱਠੀਆਂ ਦਾ ਤੁਸੀਂ ਜਵਾਬ ਨਹੀਂ ਦੇ ਰਹੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੈਂ ਸਪਾਰਿਸ਼ ਕਰਾਂਗਾ ਪ੍ਰੈਜ਼ੀਡੈਂਟ ਨੂੰ ਤਾਂ ਇਸ ਦੇ ਉੱਪਰ ਅੱਜ ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਰਾਜਪਾਲ ਨੂੰ ਜਵਾਬ ਦਿੱਤੇ ਹੈ ਤੇ ਇਸ ਦੇ ਵਿੱਚ ਕਈ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਨੇ ਇਹ ਕਿਹਾ ਕਿ ਪੰਜਾਬ ਪਹਿਲਾਂ ਹੀ ਆਰਟੀਕਲ 356 ਦਾ ਪੀੜਤ ਹੈ ਜਾਨੀ ਕਿ 356 ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਪਹਿਲਾਂ ਹੀ ਆਰਟੀਕਲ 356 ਦਾ ਸਭ ਤੋਂ ਵੱਧ ਪੀੜਤ ਰਿਹਾ ਹੈ ਸਾਡੇ ਜ਼ਖਮਾਂ ਤੇ ਨਮਕ ਨਾ ਛਿੜਕੋ ਤੁਸੀਂ ਪੰਜਾਬੀਆਂ ਨੂੰ ਸਿੱਧੀ ਧਮਕੀ ਦੇ ਰਹੇ ਹੋ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਪੰਜਾਬ ਦਾ ਹੀ ਰਾਜਪਾਲ ਕਿਉਂ ਹੈ ਲੱਗੇ ਗਵੰਡੀ ਸੂਬਾ ਹਰਿਆਣਾ ਹਰਿਆਣਾ ਦੇ ਵਿੱਚ ਨੂੰ ਦੇ ਅੰਦਰ ਹਿੰਸਾ ਹੋਈ ਹੈ ਦੋ ਧਿਰਾਂ ਜਿਹੜੀਆਂ ਆਪਸ ਦੇ ਵਿੱਚ ਟੱਕਰੀਆਂ ਹੈ ਹਲੇ ਤੱਕ ਵੀ ਮਾਹੌਲ ਜਿਹੜਾ ਉੱਥੇ ਖਰਾਬ ਹੈ ਪਰ ਹਰਿਆਣਾ ਦੇ ਰਾਜਪਾਲ ਨੇ ਮਨੋਹਰ لال ਖੱਟਰ ਸੀਐਮ ਨੂੰ ਇੱਕ ਵੀ ਚਿੱਠੀ ਜਾਰੀ ਨਹੀਂ ਕੀਤੀ ਫਿਰ ਇਸ ਤੋਂ ਬਾਅਦ ਰਾਜਪਾਲ ਮਨੀਪੁਰ ਦੇ ਉੱਪਰ ਕੋਈ ਸਵਾਲ ਨਹੀਂ ਖੜੇ ਕਰ ਰਹੇ ਆਰਡੀਐਫ ਦਾ ਮੁੱਦਾ ਸਾਡਾ ਆਰਡੀਐਫ ਦਾ ਪੈਸਾ ਕੇਂਦਰ ਦੇ ਕੋਲ ਪਿਆ ਹੋਇਆ ਰਾਜਪਾਲ ਨੇ ਇੱਕ ਵਾਰ ਵੀ ਨਹੀਂ ਕਿਹਾ ਜੀਐਸਟੀ ਦਾ ਅਸੀਂ ਪੈਸਾ ਲੈਣਾ ਰਾਜਪਾਲ ਨੇ ਇੱਕ ਵਾਰ ਵੀ ਜਿਹੜਾ ਹੈ ਉਹ ਮੁੱਦਾ ਨਹੀਂ ਚੱਕਿਆ ਸਿਰਫ ਪੰਜਾਬ ਸਰਕਾਰ ਨੂੰ ਸਵਾਲ ਖੜੇ ਕੀਤੇ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਨੇ ਸਾਨੂੰ 16 ਚਿੱਠੀਆਂ ਲਿਖੀਆਂ 16 ਚਿੱਠੀਆਂ ਦੇ ਵਿੱਚੋਂ 9 ਚਿੱਠੀਆਂ ਦੇ ਅਸੀਂ ਜਵਾਬ ਦੇ ਚੁੱਕੇ ਆ ਬਾਕੀ ਦੇ ਜਵਾਬ ਵੀ ਤਿਆਰ ਕਰ ਰਹੇ ਆ ਅਗਲੇ ਆਉਣ ਵਾਲੇ ਹਫਤੇ ਦੇ ਵਿੱਚ ਜਵਾਬ ਤੁਹਾਨੂੰ ਭੇਜ ਦਵਾਂਗੇ ਜਿਹੜੇ ਬਾਕੀ ਬਚੇ ਨੇ ਭਗਵੰਤ ਮਾਨ ਨੇ ਕਿਹਾ ਕਿ ਇਹ ਚਿੱਠੀਆਂ ਦੇ ਵਿੱਚ ਅਜਿਹੀਆਂ ਕੁਝ ਜਾਣਕਾਰੀਆਂ ਮੰਗੀਆਂ ਗਈਆਂ ਰਾਜਪਾਲ ਵੱਲੋਂ ਜਿਸ ਨੂੰ ਸਾਨੂੰ ਇਕੱਠਾ ਕਰਨ ਦੇ ਲਈ ਜਾਂ ਜਾਣਕਾਰੀ ਲੈਣ ਦੇ ਲਈ ਹਾਸਲ ਕਰਨ ਦੇ ਲਈ ਵੀ ਸਮਾਂ ਲੱਗ ਰਿਹਾ ਇਸ ਕਰਕੇ ਰਾਜਪਾਲ ਜਲਦੀ ਨਾ ਕਰਨ ਲੈਟਰ ਜੋ ਲਿਖੇ ਨੇ ਅਗਲੇ ਹਫਤੇ ਤੱਕ ਸਾਰੇ ਸਾਰਿਆਂ ਦੇ ਜਵਾਬ ਜਿਹੜੇ ਐ ਦੇ ਦੇਵਾਂਗੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਰਾਜਪਾਲ ਦੇ ਕੋਲ ਸਾਡੇ ਪੈਂਡਿੰਗ ਬਿੱਲ ਪੇ ਹੋਏ ਨੇ ਉਹ ਆਪਕਿਓਰ ਸਾਈਨ ਨਹੀਂ ਕਰ ਰਹੇ ਕੋ ਟੋਟਲ ਪੰਜਾਬ ਸਰਕਾਰ ਦੇ 6 ਬਿੱਲ ਰਾਜਪਾਲ ਤੋਂ ਪੇ ਹੋਇਆ ਪਿਛਲੀ ਸਰਕਾਰ ਕੈਪਟਨ ਦੀ ਰਹੀ ਹੈ ਉਸ ਦੇ ਵਿੱਚ ਦੋ ਬਿੱਲ ਪੈਂਡਿੰਗ ਨੇ ਦੋ ਬਿੱਲ ਰਾਜਪਾਲ ਦੇ ਕੋਲ ਪੈਂਡਿੰਗ ਨੇ ਜਿਸ ਦੇ ਉੱਪਰ ਦਸਤਖਤ ਕਰਨੇ ਆ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੀ ਚਾਰ ਜੋ ਵਿੱਤੀ ਦਿਨੀ ਪਿਛਲੇ 2 ਮਹੀਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਲਾਗੂ ਕੀਤੇ ਗਏ ਸੀ ਉਹ ਵੀ ਪੈਂਡਿੰਗ ਪੇ ਹੋਇਆ ਪਰ ਉਹਨਾਂ ਦੇ ਉੱਪਰ ਸਾਈਨ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਤੇ ਇਸ ਤੋਂ ਬਾਅਦ ਸਵਾਲ ਵੀ ਖੜੇ ਕੀਤੇ ਆ ਕਿ ਤੁਸੀਂ ਕਦੇ ਤਾਂ ਪੰਜਾਬ ਦੇ ਹੱਕ ਦੇ ਵਿੱਚ ਭਗਤੋ ਰਾਜਪਾਲ ਜੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤਾਂ ਤੁਸੀਂ ਹਰਿਆਣਾ ਦਾ ਪੱਖ ਪੂਰਦੇ ਹੋ ਅਜਿਹੇ ਸਵਾਲ ਜਿਹੜੇ ਆ ਕਈ ਖੜੇ ਕੀਤੇ ਨੇ ਤਾਂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਜਿਹੜਾ ਮੁੱਦਾ ਉਠਾਇਆ ਗਿਆ ਵੀ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੇ ਵਿੱਚ ਵਿਗੜੀ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਪਹਿਲੇ ਨੰਬਰ ਤੇ ਉਸ ਰਿਪੋਰਟ ਦੇ ਆਧਾਰ ਦੇ ਉੱਪਰ 140 ਨੰਬਰ ਦਿੱਤੇ ਗਏ ਸੀ 140 ਨੰਬਰਾਂ ਦੇ ਵਿੱਚੋਂ 90 ਨੰਬਰ ਲੈ ਕੇ ਗੁਜਰਾਤ ਪਹਿਲੇ ਨੰਬਰ ਤੇ ਰਿਹਾ ਫਿਰ ਉਸ ਦੇ ਵਿੱਚੋਂ 85.1 ਨੰਬਰਾਂ ਦੇ ਨਾਲ ਪੰਜਾਬ ਦੂਸਰੇ ਸਥਾਨ ਤੇ ਰਿਹਾ ਹਰਿਆਣਾ ਜਿਹੜਾ ਹੈ ਉਹ 19ਵੇਂ ਸਥਾਨ ਤੇ ਹੈ ਤਾਂ ਇਸੇ ਤਰ੍ਹਾਂ ਰਾਜਸਥਾਨ 16ਵੇਂ ਸਥਾਨ ਤੇ ਹੈ ਇਹ ਜਿਹੜਾ ਹੈਗਾ ਰਾਜਪਾਲ ਸਵਾਲ ਜਿਹੜੇ ਸਿਰਫ ਉੱਥੇ ਕਰ ਰਹੇ ਆ ਜਿੱਥੇ ਗੈਰ ਬੀਜੇਪੀ ਦੀ ਸਰਕਾਰ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਯੂਪੀ ਦੇ ਵਿੱਚ ਸ਼ਰਿਆਮ ਪੱਤਰਕਾਰਾਂ ਦੇ ਸਾਹਮਣੇ ਗੋਲੀਆਂ ਦੇ ਨਾਲ ਮਰਡਰ ਕਰ ਦਿੱਤੇ ਜਾਂਦੇ ਨੇ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਪਰ ਉੱਥੇ ਕਿਸੇ ਰਾਜਪਾਲ ਦੀ ਹਿੰਮਤ ਨਹੀਂ ਪਈ ਕਿ yogi ਸਰਕਾਰ ਨੂੰ ਚਿੱਠੀ ਜਾਰੀ ਕੀਤੀ ਜਾਏ ਤਾਂ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਾਡੀ ਜਿਹੜੀ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਹੈ ਪੂਰੀ ਤਰ੍ਹਾਂ ਕੰਟਰੋਲ ਹੈ ਤਕਰੀਬਨ ਉਹਨਾਂ ਨੇ ਦੱਸਿਆ ਕਿ 23518 ਡਰੱਗ ਸਮੱਗਲਰ ਫੜ ਚੁੱਕੇ ਐ ਪੰਜਾਬ ਪੁਲਿਸ 17632 ਕੇਸ ਦਰਜ ਨੇ 1627 ਕਿਲੋ ਹੈਰੋਇਨ ਜ਼ਬਤ ਹੈ ਤੇ 13 ਕਰੋੜ 29 ਲੱਖ ਰੁਪਏ ਦੀ ਡਰਗ ਮਨੀ ਵੀ ਫੜ ਲਈ ਗਈ ਹੈ ਜ਼ਾਇਦਾ ਤਾਂ ਅਟੈਚ ਕੀਤੀਆਂ ਜਾ ਰਹੀਆਂ ਜੇਕਰ ਉਹਨਾਂ ਨੇ ਅਗਸਤ ਸਿਰਫ ਅਗਸਤ ਦੀ ਕਾਰਵਾਈ ਦੱਸਿਆ 15 ਅਗਸਤ ਮਹੀਨੇ ਦੀ ਕਾਰਵਾਈ ਉਹਨਾਂ ਨੇ ਕਿਹਾ ਕਿ ਅਗਸਤ 23 ਨੂੰ 41 ਕਿਲੋ ਹੈਰੋਇਨ ਫੜੀ ਹੈ 21 ਅਗਸਤ ਨੂੰ 29 ਕਿਲੋ ਫੜੀ ਹੈ 17 ਅਗਸਤ ਨੂੰ 8 ਕਿਲੋ 11 ਅਗਸਤ ਨੂੰ 5 ਕਿਲੋ 10 ਅਗਸਤ ਨੂੰ 12 ਕਿਲੋ ਹੈਰੋਇਨ ਫੜੀ ਹੈ 753 ਗੈਂਗਸਟਰ ਕਾਬੂ ਕਰ ਲਏ ਗਏ ਨੇ 786 ਵੈਪਨ ਫੜ ਲਏ ਆ 167 ਗੱਡੀਆਂ 32 ਰਾਈਫਲਾਂ 217 ਪਿਸਟਲ ਫੜਿਆ ਹੈ ਟਿਫਨ ਬੰਬ ਵਰਗੇ ਤਕਰੀਬਨ 9 ਫੜ ਲਏ ਨੇ ਆਰ ਡੀ ਐਕਸ 10 ਕਿਲੋ ਦੇ ਕਰੀਬ ਜਿਹੜਾ ਬਰਾਮਦ ਕਰ ਲਿਆ ਗਿਆ ਕਾਨੂੰਨ ਵਿਵਸਥਾ ਨੇ ਕਿਹਾ ਕਿ ਸਾਡੀ ਸੂਬੇ ਦੀ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਹੈ ਹੋਰ ਸੀਐਮ ਭਗਵੰਤ ਮਾਨ ਨੇ ਕੀ ਕਿਹਾ ਇੱਕ ਵਾਰ ਅਸੀਂ ਉਹ ਵੀ ਸੁਣਦੇ ਆ ਗਵਰਨਰ ਸਾਹਿਬ ਪੰਜਾਬੀਆਂ ਦੇ ਜਜ਼ਬਾਤਾਂ ਦਾ ਟੈਸਟ ਨਾ ਲਓ ਆਜ਼ਾਦੀ ਅਸੀਂ ਲੈ ਕੇ ਦਈਏ ਦੇਸ਼ ਨੂੰ ਆਜ਼ਾਦੀ ਨੂੰ ਸੰਭਾਲਣ ਲਈ ਅਸੀਂ ਸੀਨੇ ਤਾਣ ਕੇ ਖੜੀਏ ਦੇਸ਼ ਦਾ ਢਿੱਡ ਭਰਨ ਲਈ ਅਸੀਂ ਆਪਣੀ ਧਰਤੀ ਨੂੰ ਵੀ ਦਾਤੇ ਲਾ ਦਈਏ ਪਜਾਉ ਸ਼ਕਤੀ ਨੂੰ ਤੇ ਪਾਣੀ ਨੂੰ ਤਾਂ ਕਿ ਦੇਸ਼ ਦਾ ਢਿੱਡ ਭਰ ਸਕੇ ਦੇਸ਼ ਨੂੰ ਅੰਨ ਦੇ ਮਾਮਲੇ 'ਚ ਆਤਮ ਨਿਰਭਰ ਬਣਾ ਦਈਏ ਤੇ ਤੁਸੀਂ ਸਾਨੂੰ ਮਹੀਨੇ ਦੋ ਮਹੀਨੇ ਬਾਅਦ ਚਿੱਠੀ ਘੜ ਦਿੰਦੇ ਹੋ ਥੋੜੇ ਦੇ ਰਾਸ਼ਟਰਪਤੀ ਰਾਏ ਲਾ ਦਾਂਗੇ ਥੋੜੀ ਸਰਕਾਰ ਤੋੜ ਦਾਂਗੇ ਸਭ ਤੋਂ ਵੱਧ ਪੀੜਿਤ ਨਾ 356 ਦਾ ਪੰਜਾਬ ਹੈ ਜੀ ਸੋ ਇਸ ਕਰਕੇ ਤੁਸੀਂ ਸਾਡੇ ਜ਼ਖਮਾਂ ਤੇ ਨਮਕ ਨਾ ਛਿੜਕੋ ਮੈਂ ਮਾਨਯੋਗ ਅੰਨ ਸਾਬ ਨੂੰ ਕਹਿਣਾ ਚਾਹੁੰਨਾ ਤੁਸੀਂ ਸਿੱਧੀ ਧਮਕੀ ਦੇ ਰਹੇ ਹੋ ਪੰਜਾਬ ਦੇ ਡੈਮੋਕ੍ਰੈਟਿਕ ਲੋਕਾਂ ਨੂੰ ਕਿ ਤੁਹਾਡੀ ਸਰਕਾਰ ਨੂੰ ਅਸੀਂ ਕੀ ਸਮਝਦੇ ਹਾਂ ਅਸੀਂ ਤਾਂ ਜੇ ਮੇਰੀਆਂ ਚਿੱਠੀਆਂ ਦਾ ਜਵਾਬ ਨਾ ਦਿੱਤੇ ਸਰਕਾਰ ਟੁੱਟੀ ਜਾਊਗੀ ਮਤਲਬ ਇਹ ਕਾਰਨ ਹੈ ਜੀ ਇਹ ਕਾਰਨ ਹੋ ਸਕਦਾ ਉਹ ਸੂਬਾ ਜਿਹੜਾ ਦੇਸ਼ ਫੂਟਬਾਲ ਹੈ ਜਿਹੜਾ ਆਜ਼ਾਦੀ ਲਾਈਨ 'ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਵੀ ਸੀਨਾ ਤਾਣ ਕੇ ਖੜਾ ਬਾਰਡਰਾਂ ਤੇ ਸੋ ਸਾਡਾ ਜਿਹੜਾ ਸਾਡੀ ਜਿਹੜੀ ਸਟੇਟਸ ਤਾਂ ਡਬਲ ਟ੍ਰिपल ਲੜਾਈ ਲੜ ਰਹੇ ਹਾਂ ਜੀ ਬਾਰਡਰ ਸਟੇਟ ਹੈ ਉਹ ਉਹਨਾਂ ਨਾਲ ਦੁਸ਼ਮਣਾਂ ਨਾਲ ਵੀ ਲੜਾਈ ਸਾਡਾ ਸਾਡੇ ਸਾਡੇ ਨਾਲ ਲੱਗਦੇ ਨੇ ਉਹਨਾਂ ਦੇ ਬਾਰਡਰ ਉਥੋਂ ਡਰੋਨ ਆਉਂਦੇ ਨੇ ਉਥੋਂ ਡਰੋਨਾਂ ਚ ਪਿਸਤੌਲ ਵੀ ਆਉਣ ਲੱਗ ਗਈ ਹੁਣ ਤਾਂ ਤੇ ਮਤਲਬ ਅਸੀਂ ਉਹ ਡਬਲ ਲੜਾਈ ਲੜ ਰਹੇ ਆਂ ਦੇਸ਼ ਦੀ ਅਸੀਂ ਦੇਸ਼ ਦੀ ਲੜਾਈ ਲੜ ਰਹੇ ਆਂ ਜੇ ਇੱਥੋਂ ਕਿਤੇ ਉਲੰਘੇ ਨਾ ਜੇ ਦੀਨਾਨਗਰ ਆਈ ਸੀ ਪਠਾਨਕੋਟ ਆਈ ਸੀ ਅਸੀਂ ਉੱਥੇ ਕਾਬੂ ਕਰ ਲਏ ਜੇ ਉਹ ਇੱਥੋਂ ਇੱਕ ਵਾਰੀ ਗੱਗੇ ਲੰਘ ਗਏ ਫਿਰ ਉਹ ਹਮਲਾ ਕਿਤੇ ਕਰਨਗੇ ਦੇਸ਼ ਤੇ ਕਰਨਗੇ ਸੋਚਦਾ ਦੇਸ਼ ਕੌਮ ਦੇ ਰਾਖੇ ਨਾ ਤੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਕਿ ਥੋੜੀ ਤੇ ਰਾਸ਼ਟਰਪਤੀ ਰਾਜ ਲਾ ਦਾਂਗੇ ਇਹ ਕਿੱਥੋਂ ਆਉਂਦੀ ਥਾਨੂੰ ਹੁਕਮ ਫਿਰੇ ਉਹੀ ਗੱਲ ਹੋ ਗਈ ਫਿਰ ਆਮ ਬੰਦਿਆਂ ਨੂੰ ਇਹ ਨਹੀਂ ਚਾਹੁੰਦੇ ਹੋਣੇ ਸ਼ਾਇਦ ਵੀ ਇਹ ਕਿੱਥੋਂ ਆ ਗਏ ਜਿਹੜੇ ਆਮ ਆਮ ਲੋਕ ਚੁਣ ਕੇ ਆ ਗਏ ਸੋ ਮੈਂ ਅੱਜ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਮੈਂ ਇੱਕ ਆਮ ਬੰਦੇ ਦੇ ਤੌਰ ਤੇ ਬੋਲ ਰਿਹਾ ਔਰ 3.5 ਕਰੋੜ ਉਹ ਲੋਕ ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਪ੍ਰਤਿਨਿਧਤਾ ਕਰਦਾਂਗੇ ਕਿ ਗਵਰਨਰ ਸਾਹਿਬ ਤੁਸੀਂ ਪੰਜਾਬੀਆਂ ਦੇ ਜਜ਼ਬਾਤਾਂ ਦਾ ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਨਾ ਲਓ